ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਜਾਣਾ ਹੈ। ਚਾਲੇ ਕਾਪੀ ਯਾਰ ਜ਼ਿਆਦਾ ਭਾਜੀ ਕਲਰ ਸੁਰਾਂ ਦਾ ਹਾਰਮੋਨੀਅਮ ਸੁਰਾਂ ਦੇਖ ਲਿਆ। ਲੋ ਜੀ ਅਖੀਰਕਾਰ ਪਹੁੰਚ ਗਏ ਇੱਥੇ ਜਿੱਥੋਂ ਪੰਜਾਬ ਦਾ ਰਾਜ ਚੱਲਦਾ। ਨੂਰ ਕਹਿੰਦਾ ਸਸਤਾ ਬੜਾ ਸੀ, ਇਹਨੇ ਸਾਡਾ ਲੈਵਲ ਦਾ ਨਹੀਂ ਹੈਗਾ। ਦੋ ਪੌਂਡ ਦੀ ਕੋਕ ਦੇਈ ਜਾਂਦੇ ਆ ਇਹ। ਹੋਰ ਯਾਰ ਬਾਹਰ ਜਾ ਕੇ 80 ਪੈਨੀਆਂ ਦੀ ਪੀਵਾਂਗੇ। ਕੈਪੇਚੀਨੋ ਆ ਗਈ ਸਾਡੀ, ਆ ਆਪਣਾ ਵੇਟਰ ਖੜਾ ਸੀ ਆਪਣਾ। ਵੇਟਰ ਵੇਟਰ ਪਲੀਜ਼ ਕਮ ਔਨ ਮਾਈ ਟੇਬਲ ਓਕੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਅੱਜ ਨਵਾਂ ਵਲੋਗ ਸ਼ੂਟ ਕਰ ਰਹੇ ਹਾਂ ਅਤੇ ਭੁੱਲ ਗਏ ਸੀ ਸ਼ੂਟ ਕਰਨਾ, ਅਤੇ ਇਹਦੇ ਕਰਕੇ ਭੁੱਲ ਗਏ। ਹਾਂ ਮੇਰੇ ਕਰਕੇ ਕਿਉਂ? ਹਾਂ ਇਹਦੇ ਕਰਕੇ। ਇਹ ਕਹਿੰਦਾ ਲੰਗਰ ਛਕਣਾ ਪਹਿਲਾਂ, ਭੁੱਖ ਲੱਗੀ ਆ। ਜ਼ਰੂਰੀ ਆ ਯਾਰ ਲੰਗਰ। ਹਾਂ ਉਹ ਫਿਰ ਅਸੀਂ ਫਿਰ ਧੁੱਪ ਨਿਕਲੀ ਹੋਈ ਸੀ, ਧੁੱਪ ਦੇ ਨਜ਼ਾਰੇ ਲੈਂਦੇ ਲੈਂਦੇ ਭੁੱਲ ਗਏ। ਅਸੀਂ ਅੱਜ ਆਏ ਹਾਂ ਮਿਊਜ਼ੀਅਮ, ਵਿਕਟੋਰੀਆ ਮਿਊਜ਼ੀਅਮ, ਅਤੇ ਅਸੀਂ ਹੁਣ ਖੜ੍ਹੇ ਹਾਂ ਸਾਊਥ ਕੈਨਿਕਸਟਨ ਸਟੇਸ਼ਨ 'ਤੇ, ਅਤੇ ਇੱਥੋਂ ਚਲੀਏ ਮਿਊਜ਼ੀਅਮ ਤੋਂ ਸਿੱਧੀ ਐਂਟਰੀ ਹੈਗੀ ਆ। Are you interested, man? Yeah, I'm very excited to visit the, you know, museum. Just follow me. Yeah, coming. In the London. Yeah. Ah, station, huh? Chale hai hum. Hey, yeah. RIG Museum. Dekho, Natural History Museum, Science Museum, VA, and Victoria and Albert Museum jana hai, hapa. ਆ ਵੀ ਹੈਗਾ ਰੋਇਲ ਅਲਬਰਟ ਹਾਲ, ਇਸਮਾਇਲੀ ਸੈਂਟਰ, ਇੰਪੀਰੀਅਲ ਕਾਲਜ, ਰੋਇਲ ਕਾਲਜ ਆਫ ਮਿਊਜ਼ਿਕ ਹੈ। ਜਦੋਂ ਦੇਖਾਂਗੇ ਆਪਾਂ ਰੋਇਲ ਕਾਲਜ ਆਫ ਮਿਊਜ਼ਿਕ ਹੀ ਦੇਖਦੇ ਹਾਂ। ਅੰਡਰਗਰਾਊਂਡ ਆ ਦੇਖੋ ਜੀ, ਇਹ ਡਿਸਟ੍ਰਿਕਟ ਲਾਈਨ ਨੂੰ 150 ਈਅਰਸ ਹੋ ਗਿਆ। 24 December 1868 ਤੋਂ ਇਹਨਾਂ ਨੇ ਸਟਾਰਟ ਕੀਤੀ ਹੋਈ ਹੈ। ਤੁਸੀਂ ਆਈਡੀਆ ਲਗਾ ਲਓ ਕਿੰਨੀ ਪੁਰਾਣੀ ਲਾਈਨ ਹੈ। ਮਤਲਬ ਗੋਰੇ ਬਾਕੀ ਕਹਿੰਦੇ ਨਾ ਵੀ ਅੱਗੇ ਨਹੀਂ 100 ਸਾਲ, ਉਹ ਵਾਲਾ ਹਿਸਾਬ ਇਹਨਾਂ ਦਾ ਜੀ। ਆ ਜਾ ਆ ਰਹੀ ਹੈ ਐਂਟਰੀ ਆਪਣੀ, ਆ ਜੀ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ, ਵਰਲਡਸ ਗ੍ਰੇਟੈਸਟ ਮਿਊਜ਼ੀਅਮ ਆਫ ਆਰਟ, ਡਿਜ਼ਾਇਨ ਐਂਡ ਪਰਫੋਰਮੈਂਸ। ਅਤੇ ਆਪਾਂ ਹੁਣ ਲੱਗੇ ਐਂਟਰ ਇੱਥੋਂ। ਸੋ ਆਪਾਂ ਹੋ ਗਏ ਐਂਟਰ, ਅਸੀਂ ਪਰਮਿਸ਼ਨ ਲੈ ਲਈ ਹੈਗੀ ਆ, ਕਹਿੰਦੇ ਫਲੈਸ਼ ਨਹੀਂ ਯੂਜ਼ ਕਰਨੀ। ਸਵੇਰੇ ਨਾ ਐਕਚੁਲੀ ਫਲੈਸ਼ ਯੂਜ਼ ਹੋ ਗਈ ਸੀ, ਮੈਂ ਤੁਹਾਨੂੰ ਦਿਖਾਉਣਾ ਇੱਕ ਚੀਜ਼। ਉਹ ਨੂਰ ਭਾਜੀ 'ਤੇ ਫਲੈਸ਼ ਯੂਜ਼ ਹੋ ਗਈ ਸੀਗੀ ਇੱਥੇ। ਆਪਾਂ ਜਿਹੜੇ ਹੁਣ ਯੂਰਪ ਦੇ, ਇਹ 1600 ਤੋਂ ਲੈ ਕੇ 1815 ਈਅਰ ਤੋਂ ਇਹਨਾਂ ਨੇ ਸਾਰੀ ਹਿਸਟਰੀ ਦੱਸੀ ਹੋਈ ਹੈ। ਆਹ ਦੇਖੋ ਜੀ ਡਾਇਨਿੰਗ ਸੈੱਟ ਆ, ਉਹ ਦੇਖੋ ਕਿਆ ਮਤਲਬ ਇਹਨਾਂ ਨੇ ਆਰਕੀਟੈਕਟ ਕੀਤੀ ਹੋਈ ਹੈ ਚੀਜ਼। ਆਹ ਦੇਖੋ ਕਿੰਨੀ ਪੁਰਾਣੀ ਇਹਨਾਂ ਨੇ ਕਾਰੀਗਰੀ ਸਾਂਭ ਕੇ ਰੱਖੀ ਹੋਈ ਹੈ। ਗੋਰਿਆਂ ਨੇ ਸਾਰੇ ਦੇਖੋ ਸਾਰੀ ਦੁਨੀਆਂ 'ਚ ਚੱਕ ਚੱਕ ਕੇ ਲਿਆਉਂਦੀਆਂ ਹੋਈਆਂ। ਯੂਰਪ ਦਾ ਸਾਰਾ ਸੈਕਸ਼ਨ ਗੋਰਿਆਂ ਕੋਲ ਆਪਣਾ ਕੁਛ ਨਹੀਂ ਹੈ, ਲੁੱਟ ਕੇ ਲਿਆਂਦਾ ਸਾਰੀ ਦੁਨੀਆਂ 'ਚ। ਹਾਂਜੀ ਭਾਅ ਜੀ ਇੱਧਰ ਮਾੜਾ ਜਿਹਾ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਗੋਰਿਆਂ ਕੋਲ ਆਪਣਾ ਕੁਛ ਨਹੀਂ ਹੈਗਾ, ਇਹਨਾਂ ਨੇ ਸਾਰਾ ਕੁਛ ਲੁੱਟਿਆ ਆ, ਪੂਰੀ ਦੁਨੀਆ ਤੋਂ ਲੁੱਟਿਆ ਇਹਨਾਂ ਨੇ। ਤਾਂ ਦਿਖਾਵਾਂਗੇ ਆਪਣਾ ਕੀ ਲੈ ਕੇ ਆਏ ਹੋਏ ਉੱਧਰੋਂ।
ਬੈਡ ਡੋਰ ਕਟਨ 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 ਵੀ ਸਾਂਭ ਕੇ ਰੱਖਿਆ ਭਰਾਵਾ, ਉਹ ਤਾਂ ਖੱਦਰ ਦੇ ਲੱਗਦੇ ਇੱਦੀ ਚੱਲਦੀ ਪਹਿਲਾਂ ਨਿੱਕੇ ਨਿੱਕੇ ਇਹ ਆਪਣੀ ਹੈ ਜਿਹੜੇ ਵੱਡੇ ਵੱਡੇ ਗਲਾਸ ਦਿੰਦੇ ਆ ਅਦਕੇ ਜੀ, ਇਹ ਹੈਗਾ ਮੇਰਰ ਰੂਮ, ਠੀਕ ਹੈ ਯਾ ਚਾਲੇ ਕਾਪੀ ਯਾਰ ਜ਼ਿਆਦਾ ਅੱਜ ਚੀਜ਼ ਆ ਟੇਬਲ ਫਾਊਂਟੇਨ ਫੋਰ ਕਾਊਂਟ ਵਾਊਂਟ ਅੱਛਾ ਫਾਊਂਟੇਨ ਚੱਲਦਾ ਅੱਜ ਵਾਹ ਨਾਈਸ ਆ ਚਰਖਾ ਵੀ ਹੈਗਾ ਗਾਂਧੀ ਆ ਨਹੀਂ ਉਹ ਜਿਹੜੇ ਰੂਮ ਆਪਾਂ ਖਾਣੇ ਬਣਾ ਕੇ ਹੋਰ ਆ ਵਿਆਹਾਂ 'ਤੇ ਹੁੰਦਾ ਅੱਜ ਸਾਈਲੈਂਸ ਪਿਆ ਨਾ ਰਸ਼ ਘੱਟ ਆ ਥੋੜ੍ਹਾ ਜਿਹਾ ਬਹੁਤ ਕੱਟ ਰਿਹਾ ਜੀ ਜਰਮਨੀ ਦੇ ਸਾਊਥ ਜਰਮਨੀ ਮਿਊਜ਼ਿਕ ਡਿਪਾਰਟਮੈਂਟ ਆ ਗਿਆ ਵਾਇਲਿਨ ਨਾ ਤੇ ਕਿੰਨੀ ਵੱਡੀ ਵਾਇਲਿਨ ਆ ਪੇਂਟਿੰਗ ਦੇਖੋ ਇੱਧਰ ਨੂਰ ਭਾਈ ਤੁਹਾਡੇ ਕੰਮ ਦੀ ਗੱਲ ਚੀਜ਼ ਪਈਆਂ ਚੱਕ ਲਓ ਕਦੀ ਭਾਜੀ ਕਲਰ ਸੁਰਾਂ ਦਾ ਹਾਰਮੋਨੀਅਮ ਸੁਰਾਂ ਦੇਖ ਰਹੇ ਆ ਇਹਨੂੰ ਕੀ ਕਹਿੰਦੇ ਆ ਗਲਾਸ ਬੋਜੀ ਗਲਾਸ ਬੋਜੀ ਨਾਲ ਤਾਂ ਆ ਵਾ ਮੈਂ ਇਹ ਹੋ ਰਹੀ ਪਰ ਅਗਰ ਕਿਸ ਤਰ੍ਹਾਂ ਦਾ ਹੈ ਨਹੀਂ ਭਾਜੀ ਈਵਰ ਉਹ ਪਿੱਛੇ ਵਾਲਾ ਵਾ ਉਹ ਪਿੱਛੇ ਦਾ ਬਾਕਸ ਹਾਂ ਪਿੱਛੇ ਦਾ ਬਾਕਸ ਹੈ ਦੈਨ ਨੀ ਵਾਟ ਇਟ ਇਸ ਇਹਦੇ ਬਾਰੇ ਕੁਝ ਕਾਫੀ ਚਾਰ ਪੰਜ ਫੁੱਟ ਦੀ ਆ ਹਨਾ ਲੋਹੇ ਦੇ ਗਲਵਸ
ਆਪਾਂ ਕੰਮ ਤੇ ਹਟਾ ਕੇ ਜਾਇਆ ਕਰੀਏ। ਐਕਚੁਲੀ ਪਤਾ ਗੱਲ ਕੀ ਹੈ ਜੀ, ਇੱਥੇ ਬਹੁਤ ਜ਼ਿਆਦਾ ਮਟੀਰੀਅਲ ਇਹਨਾਂ ਨੇ ਇਕੱਠਾ ਕੀਤਾ ਹੋਇਆ, ਬਹੁਤ ਵਧੀਆ ਇੱਥੇ ਮਾਸਟਰ ਪੀਸਿਸ ਪਏ ਨੇ। ਬਸ ਮੇਰਾ ਇੰਟਰਸਟ ਜ਼ਿਆਦਾ ਵਾਰ ਵਾਲੀਆਂ ਚੀਜ਼ਾਂ ਚ ਹੁੰਦਾ ਆ, ਜਿਵੇਂ ਤੇਰੇ ਮਤਲਬ ਦੀ ਚੀਜ਼ਾਂ ਦੇਖੋ, ਵਾਰ ਵਾਲੀਆਂ ਚੀਜ਼ਾਂ। ਇਹਦੀ ਮਤਲਬ ਚੀਜ਼ ਨਿਕਲੀ ਹੈ ਇੱਥੇ, ਗਲਵਸ ਦੇਖੇ ਇਹਨੂੰ, ਕੰਕਰੀਟ ਗਲਵਸ ਲੱਭ ਗਏ ਨੇ ਆਪਾਂ, ਆਪਾਂ ਨੇ ਚੁੱਕ ਕੇ ਲੈ ਜਾਣੇ ਆ, ਤੇ ਸਟੀਲ ਦੇ ਗਲਵਸ ਲੱਭੇ ਬੰਦੇ ਨੇ। ਹਾਂ, ਕੰਕਰੀਟ ਪਾਉਂਦੇ ਸੌਖਾ ਹੁੰਦਾ, ਯਾ ਸਿੱਧਾ ਵਾਸ਼ ਕੀਤੇ ਤੇ ਨਾਲ ਹੀ ਯੂਜ਼ ਕਰ ਲਓ। ਆ ਹੈਲਮਟ ਵੀ ਹੈਗਾ, ਸੇਫਟੀ ਹੈਲਮਟ ਜੇ ਸਾਨੂੰ ਸੇਫਟੀ ਹੈਲਮਟ ਪਾਉਂਦੀ ਆ। ਦੇਖ ਕੀ ਕਹਿੰਦੇ ਆ ਉਹ ਗੋਡਿਆਂ ਦੇ ਪਾਉਣ ਲਈ, ਉਹ ਚੈਸਟ ਦੇ ਹੀ ਪਾਉਣ ਨੂੰ ਕੱਪੜੇ ਕਹਿੰਦੇ ਨਹੀਂ ਹੋਣਗੇ ਜੀ। ਇਹਨੂੰ ਪਾਣੀ ਮਾਰਿਆ ਧੋ ਕੇ ਫਿਰ ਪਾ ਲਿਆ ਕੱਲ੍ਹ, ਯੂਰਪ ਵਾਲੇ ਦਾ। ਤੇ ਹੁਣ ਆਪਾਂ ਚੱਲੇ ਇਧਰੋਂ ਐਗਜ਼ਿਟ, ਤੇ ਆਪਾਂ ਸਾਈਡ ਡੋਰ ਤੋਂ ਆਉਂਦੇ ਹਾਂ ਨਾ, ਸਟੇਸ਼ਨ ਤੋਂ ਐਂਟਰ ਕਰਦੇ ਹਾਂ, ਮੇਨ ਐਂਟਰੈਂਸ ਦੀ ਇਸ ਸਾਈਡ ਤੋਂ ਆ। ਜਿਹੜੀ ਮੇਨ ਐਂਟਰੈਂਸ ਆ ਇਹਦੀ ਫਰੰਟ ਗੇਟ ਆ ਜੀ, ਉਹ ਆਪਾਂ ਸਾਈਡ ਤੋਂ ਨਾ ਆਪਾਂ ਆਏ ਸੀਗੇ, ਸਟੇਸ਼ਨ ਤੋਂ ਐਂਟਰ ਹੋਏ ਸੀ ਨਾ, ਤਾਂ ਕਰਕੇ ਬੜੇ ਸੋਹਣਾ ਇਹ ਹੈਗਾ ਜਿਹੜਾ ਏਰੀਆ ਵਾ, ਇੱਥੋਂ ਆਪਾਂ ਐਂਟਰ ਹੋਣੇ। ਚਲੋ ਜੀ, ਪੁਰਾਣੇ ਪੱਖੇ ਲਾਏ ਆ, ਹਵਾ ਦੇ ਰਹੇ ਆ। ਇੱਥੇ ਸਾਰੀਆਂ ਸਵਰਨੀਅਰ ਥਿੰਗਸ ਹੈਗੀਆਂ ਜੇ ਲੈਣੀਆਂ ਤਾਂ। ਆਪਾਂ ਇੱਧਰ ਜਾ ਕੇ ਆਉਂਦੇ, ਇੱਕ ਵਾਰੀ ਕਵਰ ਕਰ ਲਈਏ ਫਿਰ ਸਾਰਾ। ਆਹ ਦੇਖੋ ਜੀ, ਜਿਵੇਂ ਆਪਣੇ ਹੁੰਦਾ ਨਾ, ਲੋਕਾਂ ਨੇ ਪੈਸੇ ਸੁੱਟੇ ਹੁੰਦੇ ਆ, ਮਨ ਤੁਸੀਂ ਵੀ ਇੱਥੇ ਆ ਕੇ ਪੈਣੀ ਸੁੱਟ ਸਕਦੇ ਹੈਗੇ। ਇਹ ਹੈ ਬਸ਼ੀ ਕਰਨਾ, ਪਤੀ ਕੋ ਬਸ਼ ਕੇ, ਪਤੀ ਵੀ ਪਤਨੀ ਕੋ ਬਸ਼ ਮੇ ਕਰਨੇ ਹੋ ਤਾਂ। ਹਾਂ ਬਾਜੀ, ਦੋਵੇਂ ਛੜੇ ਆ, ਨਹੀਂ ਇਹ ਨਹੀਂ ਕਿਸੇ ਨੂੰ ਬਸ ਕਰਨਾ। ਚਾਈਨੀਜ਼ ਅਤੇ ਬੁੱਧਿਸਟ ਮਾਲ, ਲੈ ਤੂੰ ਇਹਨਾਂ ਨੂੰ ਦੇਖ ਲਾ। ਜਾਣਾ ਉਧਰ ਸੈਕਸ਼ਨ, ਜੈਪਨ ਦਾ ਨਹੀਂ ਜਾਣਾ ਹੈ? ਭਾਂਡੇ ਭੁੰਡੇ ਵੇ, ਅਸੀਂ ਪਰ ਜਾ ਰਹੇ ਹਾਂ ਏਸ਼ੀਆ ਵਾਲੇ ਪਾਸੇ, ਏਸ਼ੀਆ ਐਂਡ ਇਸਲਾਮਿਕ। ਉਹਦੀਆਂ ਅਕਬਰ ਦੀਆਂ ਤੇ ਉਹਦੀਆਂ ਪਈਆਂ ਹੋਈਆਂ ਡਰੈਸ ਉੱਥੇ, ਡਰੈਸਾਂ ਨਹੀਂ, ਔਰੰਗਜ਼ੇਬ ਦੀ ਤਲਵਾਰ ਪਈ ਆ, ਤਲਵਾਰ ਪਈ ਹੋਣੀ ਆ ਪੱਕਾ, ਮੇਰੇ ਧਿਆਨ ਨਹੀਂ ਆ ਰਿਹਾ। ਇਹ ਇੰਡੀਅਨ ਹੈ ਨਾ, ਆਹ ਦੇਖ ਗੰਦਰਵਾ ਸੈਲੈਸਟੀਅਲ ਮਿਊਜ਼ੀਸ਼ੀਅਨ, ਯਾਰ ਇੱਕ ਸਾਊਥ ਵੈਸਟ ਇੰਡੀਆ ਕਰਨਾਟਕਾ ਚੱਕ, ਹਾਂ ਸਾਰੀ ਗਰਾਊਂਡ ਵੀ ਹੋਈ ਹੈ, ਹਾਂ ਆਹ ਵੀ ਕਾਫੀ ਨਟਰਾਜਨ ਜੀ ਹੈ, ਯਾ ਲਾਉਂਡ ਨਟਰਾਜਨ
ਐਲੀਫੈਂਟ ਵਿਦ ਲਵਾਇਨ ਸਾਊਥ ਏਸ਼ੀਆ ਸੈਕਸ਼ਨ ਸਰਸਵਤੀ ਮਾਤਾ ਹੈ ਨਹੀਂ ਇਹ ਦੁਆਰਪਾਲ ਦਾ ਨਹੀਂ ਇਧਰ ਵਾਲੀ ਦੁਰਗਾ ਮਾਤਾ ਹੈ ਇਹ ਹੈਗੀ ਆ ਦੁਰਗਾ ਮਾਤਾ ਪੋਸੀਬਲ ਹੀ ਸ਼ਿਵਾ ਪੋਸੀਬਲ ਹੀ ਆ ਮਤਲਬ ਸ਼ੋਰ ਨਹੀਂ ਆਉਂਦਾ ਸ਼ਿਵਾ ਐਸ ਦਕਸ਼ਿਨਾ ਮੂਰਤੀ ਓਕੇ ਇਧਰੀ ਆ ਰਹੀ ਹੈ ਆ ਸਾਰਾ ਕਵਰ ਕੀਤਾ ਇਹਨਾਂ ਨੇ ਕਾਬਲ ਅਫਗਾਨਿਸਤਾਨ ਹਨਾ ਪਾਕਿਸਤਾਨ ਜਿੱਥੇ ਤੱਕ ਆਪਣਾ ਸਿੱਖ ਅੰਪਾਇਰ ਹੁੰਦਾ ਸੀਗਾ ਨਾ ਹਾਂ ਸਾਰਾ ਮਤਲਬ ਇੱਥੇ ਤੱਕ ਪੰਜਾਬ ਦਾ ਹੋ ਗਿਆ ਨਾ ਜਿਵੇਂ ਸਤਲੁਜ ਹੁੰਦੀ ਸੀ ਨਾ ਤੁਸੀਂ ਸਤਲੁਜ ਤੋਂ ਇੱਧਰ ਨਹੀਂ ਆਉਣਾ ਇੱਦਾਂ ਦੀ ਨਾ ਸੀਕਿਉਰਿਟੀ ਆ ਦੇ ਪੰਜੋ ਦੇ ਹੋ ਗਿਆ ਪੰਜੋ ਦਰਿਆ ਹਾਂ ਹਾਂ ਤੇ ਆ ਜਿਵੇਂ ਸਤਲੁਜ ਹੈ ਨਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਸਿੱਖ ਅੰਪਾਇਰ ਹੁੰਦਾ ਸੀਗਾ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੈ ਨਾ ਜਦੋਂ ਕਾਲਸਾ ਕੀਤੇ ਤੇ ਫਿਰ ਉਹਨਾਂ ਨੇ ਆਪਣੇ ਇੰਟਰ ਲੈ ਲਿਆ ਸੀਗਾ ਇਹ ਪਰ ਇਹਨਾਂ ਨੇ ਹਾਲੇ ਹਾਲ ਦੀ ਘੜੀ ਕੰਪਲੀਟ ਮੁਗਲ ਅੰਪਾਇਰ ਦਾ ਦਿਖਾਇਆ ਵਾ ਇੱਥੇ ਮੁਲਤਾਨ ਏਰੀਆ ਅਜਮੇਰ ਮਾਲਵਾ ਤਾਨਪੁਰਾ ਫੀਮੇਲ ਸਕੇਲ ਦਾ ਸਤਾਰ ਸਰਸਵਤੀ ਵੀਨਾ ਸਰਸਵਤੀ ਵੀਨਾ ਆ ਸਿਤਾਰ ਹੈ ਨਾ ਬਿਨ ਸਿਤਾਰ ਉਹ ਸਰੰਗੀ ਰਬਾਬ ਸੇਮ ਹੀ ਹੁੰਦੀ ਹੈ ਨਾ ਇਹ ਲਓ ਜੀ ਆਖਿਰਕਾਰ ਪਹੁੰਚ ਗਏ ਇੱਥੇ ਜਿੱਥੋਂ ਪੰਜਾਬ ਦਾ ਰਾਜ ਚੱਲਦਾ ਸੀ ਕਿੰਗਡਮ ਆਫ ਰਣਜੀਤ ਸਿੰਘ ਇੱਥੇ ਆ ਦੇਖ ਬਾਬਾ ਟਲ ਰਾਏ ਜੀ ਦਾ ਜਿਹੜਾ ਸਥਾਨ ਆ ਉਹਦੀ ਵੀ ਪੇਂਟਿੰਗ ਆ ਇਹਨੂੰ ਅਕਾਲੀ ਟਾਵਰ ਦੇ ਨਾਂ ਦਾ ਜਾਣਿਆ ਜਾਂਦਾ ਸੀਗਾ ਵਿਲੀਅਮ ਕਾਰਪੈਂਟਰ ਸੀਗਾ 1818 ਤੋਂ ਲੈ ਕੇ 19 ਤੱਕ ਇਹਦੀ ਲਾਈਫ ਸੀਗੀ ਅਤੇ 1854 'ਚ ਇਹਨੇ ਬਣਾਈ ਸੀ ਇਹ ਅੰਦਰ ਦੀ ਉਸ ਟਾਈਮ ਦੀ ਅਸੀਂ ਹੁਣ ਖਾਣ ਆਏ ਸੀਗੇ ਜੀ ਇੱਥੇ ਜਿਹੜੇ ਇਹਦੇ ਅੰਦਰ ਮਿਊਜ਼ੀਅਮ ਦੇ ਅੰਦਰ ਅਤੇ ਨੂਰ ਕਹਿੰਦਾ ਸਸਤਾ ਬੜਾ ਸੀ ਇਹਨੇ ਸਾਡਾ ਲੈਵਲ ਦਾ ਨਹੀਂ ਹੈਗਾ ਲੈਵਲ ਨਹੀਂ ਮੈਂ ਲੈਵਲ ਦੀ ਚੀਜ਼ ਸਸਤਾ ਚੀਜ਼ ਹੈ ਬਹੁਤ ਸਸਤੀ ਹੈ ਦੋ ਦੋ ਪੌਂਡ ਦੀ ਕੋਕ ਦੇਈ ਜਾਂਦੇ ਆ ਇਹ ਹੋਰ ਯਾਰ ਬਾਹਰ ਜਾ ਕੇ 80 ਪੈਨੀਆਂ ਦੀ ਪੀਵਾਂਗੇ ਬਿਲਕੁਲ ਤੁਹਾਨੂੰ ਦਿਖਾ ਦਿੰਦੇ ਕਿ ਵੀਕ ਦੀ ਪੇਨ ਲੱਗ ਜੂ
ਦੇਖਦੀ ਪਏ ਮੈਡਮ, ਦੇਖਦੀ ਪਈ ਗੱਲ ਇੰਨਾ ਖਾਸ ਨਹੀਂ ਹੈਗਾ। ਆ ਸਾਫਟ ਡਰਿੰਕਸ ਪਈਆਂ, ਜਿੱਦਾਂ ਕਿ ਅਸੀਂ ਮੂਡ ਬਣਾ ਲਿਆ ਹੈਗਾ ਇਹਨਾਂ ਦੇ ਤਰਸ ਕਰਨ ਦਾ, ਬੋਲੀ ਕਰਾ ਦੇਣੀ ਹੈਗੀ ਆ ਹੁਣ। ਅਤੇ ਹੁਣ ਅਸੀਂ ਇੱਕ ਇੱਕ ਕੌਫੀ ਪੀਵਾਂਗੇ, ਨੂਰ ਭਾਅ ਜੀ ਲੈਣਗੇ ਫਲੈਟ ਵਾਈਟ ਅਤੇ ਆਪਾਂ ਲੈਣੀ ਕੈਪੇਚੀਨੋ। ਜਿੱਦਾਂ ਕਿ ਬਹੁਤ ਸਦਾ ਕਿ ਬਹੁਤ ਸਸਤੀ ਲੱਗੀ ਹੋਈ ਆ ਸਾਡੇ 5 ਰੁਪਏ ਦੀ ਕਿਲੋ ਕਿਲੋ ਲੈਣਾ ਕੁਛ ਬੇਟਾ, one flat white and one cappuccino please, yeah that's it, ਨਾ ਵੀ ਸਰਵ ਹੋਈ ਪਿੰਡ ਜਿਨ੍ਹਾਂ ਨੂੰ ਚਾਹ ਨਹੀਂ ਪੁੱਛਦਾ ਇੱਥੇ ਫਲੈਟ ਵਾਈਟ ਪੀਂਦੇ ਪਏ ਆ। ਫਲੈਟ ਵਾਈਟ ਵੀਰੇ ਤੂੰ ਵੀ ਪੀ ਰਿਹਾ, ਜਿੱਦਾਂ ਕਿ ਐਪਲ ਪੇ ਚਲਾਉਂਦੇ ਅੱਜ ਕੱਲ੍ਹ ਮੁੰਡੇ, ਇਹ ਤੋਂ ਕਰ ਲੈਂਦੇ ਰੰਗ ਬਰੰਗੇ ਕਾਰਡ ਚੱਕੇ ਆ। ਹਾਂਜੀ ਗੁਰਮਨ ਭਾਅ ਜੀ ਕਹਿ ਰਹੇ ਆ ਕਿ ਆਪਾਂ ਰੋਜ਼ ਵਾਈਨ ਪੀਣੀ ਆ, ਭਾਅ ਜੀ ਕਿਉਂ ਪੀਣੀ ਆ? ਰੋਜ਼ ਹੈਗੇ ਨਾ ਉਹਦੇ 'ਚ ਵਾਈਨ, ਨਹੀਂ ਪਤਾ ਆਪਾਂ ਨੂੰ ਰੋਜ਼ ਪੈ ਗਏ ਬਸ ਜੀ ਭਾਅ ਜੀ, ਉਹ ਚੱਲ ਕੋਲ ਵੀ ਹੁੰਦੀ ਆ। ਓ ਕੋਲ ਵੀ ਹੁੰਦੀ ਆ? ਹਾਂਜੀ। ਇੱਦਾਂ ਕਰਾਂਗੇ ਪਾਣੀ 'ਚ ਰੋਜ਼ ਪਾ ਕੇ ਪੀਣਾ ਜੀ, ਰੋਜ਼ ਵਾਟਰ ਗੁਲਾਬ ਜਲ ਪੀਣਾ ਹੈ। ਐਗਜੈਕਟਲੀ ਤੁਹਾਨੂੰ ਇੰਡੀਆ ਤੋਂ ਲਿਆ ਕੇ ਦਊਂਗਾ ਡਾਬਰ ਦਾ। ਆਹ ਕੋਈ ਸਾਡਾ ਬੰਦਾ, ਹੈਲੋ ਵੇਟਰ, ਕੈਪੇ ਜੀ ਨੂੰ ਆ ਗਈ ਸਾਡੀ ਆ ਆਪਣਾ ਵੇਟਰ ਖੜਾ ਸੀ ਆਪਣਾ ਵੇਟਰ, ਵੇਟਰ ਪਲੀਜ਼ ਕਮ ਔਨ ਮਾਈ ਟੇਬਲ ਓਕੇ। ਆ ਮੁੰਡੇ ਜੀ ਆ ਗਏ ਜੀ ਫਲੈਟ ਵਾਈਟ, ਤੁਹਾਨੂੰ ਕੀ ਪਤਾ ਫਲੈਟ ਵਾਈਟ ਕੀ ਹੁੰਦੀ ਆ? ਪਲੀਜ਼ ਫੁੱਲ ਸ਼ੋ ਪਲੀਜ਼, ਵਾਈਟ ਵਨ ਨੋ ਬ੍ਰਾਊਨ ਵਨ ਐਂਡ ਵਨ ਟੂ ਪਲੀਜ਼, ਯਾ ਦਿਸ ਵਨ ਟੂ ਭਾਜੀ। ਫਿਰ ਜੇ ਤੁਸੀਂ ਆ ਕੰਮ ਕਰਦੇ ਕੈਮਰਾ ਲਵੋ, ਜਿੱਦਾਂ ਕਿ ਹੁਣ ਕੌਫੀ ਪੀਣ ਲੱਗੇ ਹਾਂ, ਭੁੱਖ ਲੱਗੀ ਹੈਗੀ ਹੈ, ਭੁੱਖ ਲੱਗੀ ਹੈ, ਭੁੱਖ ਲੱਗੀ ਆ ਯਾਰ। ਲਓ ਜੀ ਹੁਣ ਆਪਾਂ ਘੁੰਮ ਲਿਆ, ਕੌਫੀ ਪੀ ਲਈ ਹੈ, ਫੋਟੋ ਫੋਟੋ ਖਿੱਚ ਲਈ ਮੁੰਡੇ ਦੀਆਂ, ਇਹਦਾ ਫੋਨ ਬਾਬਾ ਕਰਤਾ ਔਫ, ਹੁਣ ਮੈਂ ਫਿਰ ਆਪਣੇ ਫੋਨ 'ਚ ਰਿਕਾਰਡ ਕਰ ਰਿਹਾ। ਮੈਂ ਕਿਹਾ ਇਹਦਾ ਹੈਗਾ 15 ਪ੍ਰੋ, ਦੇਖੀਏ ਕੀ ਕਲੈਰਿਟੀ ਆਉਂਦੀ ਹੈ ਸਾਊਂਡ ਦੀ, ਬਾਅਦ 'ਚ ਸੁਣਾਂਗੇ। ਚਲਦੇ ਹਾਂ ਜੀ ਬਾਹਰ, ਦੇਖਦੇ ਹਾਂ ਕੁਛ।